ਨਗਰ ਨਿਗਮ ਦੀ ਲਿਫਟ 'ਚ ਮਾਂ ਸਮੇਤ ਫਸੀ ਬੱਚੀ, ਟੈਕਨੀਸ਼ੀਅਨ ਮੌਕੇ ਤੇ ਬਾਹਰ ਕੱਢਣ ਦੀ ਕਰਦੇ ਰਹੇ ਕੋਸ਼ਿਸ਼। ਤਾਂ ਦੱਸ ਦਈਏ ਕਿ ਨਗਰ ਨਿਗਮ ਦੇ ਦਫ਼ਤਰ ਦੇ ਵਿੱਚ ਉਸ ਸਮੇਂ ਰੌਲਾ ਪੈ ਜਾਂਦਾ ਹੈ ਜਦ ਲਿਫਟ ਦੇ ਵਿੱਚ ਮਾਂ ਸਮੇਤ ਉਸਦੀ ਬੱਚੀ ਫਸ ਜਾਂਦੀ ਹੈ, ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਤਾਂ ਫਿਰ ਮੌਕੇ ਤੇ ਟੈਕਨੀਸ਼ੀਅਨ ਦੀ ਟੀਮ ਆਉਂਦੀ ਹੈ, ਜਿਨ੍ਹਾਂ ਦੇ ਵੱਲੋਂ ਕੜੀ ਮੁਸ਼ਕਤ ਤੋਂ ਬਾਅਦ ਪਹਿਲਾਂ ਲਿਫਟ ਦਾ ਗੇਟ ਖੋਲ੍ਹਿਆ ਗਿਆ ਅਤੇ ਫਿਰ ਇਹਨਾਂ ਨੂੰ ਬਾਹਰ ਕੱਢਿਆ ਗਿਆ। ਤਾਂ ਦੱਸ ਦਈਏ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਮਹਿਲਾ ਨੇ ਦੱਸਿਆ ਕਿ ਉਸਦੀ ਮਾਂ ਇਸੇ ਨਗਰ ਨਿਗਮ ਦੇ ਅਫਸਰ ਦੇ ਵਿੱਚ ਸਫਾਈ ਮੁਲਾਜ਼ਮ ਸੀ। ਤਾਂ 2 ਮਹੀਨੇ ਪਹਿਲਾਂ ਉਹ ਰਿਟਾਇਰ ਹੋ ਗਈ ਸੀ ਅਤੇ ਉਸਦੇ ਫੰਡ ਦੇ ਪੈਸੇ ਲੈਣ ਦੇ ਲਈ ਉਹ ਇੱਥੇ ਆਈ ਸੀ, ਜੋ ਕਿ ਪਿਛਲੇ 2 ਮਹੀਨਿਆਂ ਤੋਂ ਦਫ਼ਤਰ ਦੇ ਚੱਕਰ ਕੱਟ ਰਹੀ ਹੈ। ਤਾਂ ਉਸੇ ਸਿਲਸਿਲੇ ਦੇ ਵਿੱਚ ਜਦੋਂ 3ਰੀ ਮੰਜ਼ਿਲ 'ਤੇ ਜਾਣ ਲਈ ਲਿਫਟ ਦੇ ਅੰਦਰ ਜਾਂਦੀ ਹੈ ਤਾਂ ਲਿਫਟ ਫਸ ਜਾਂਦੀ ਹੈ। ਤਾਂ ਉਸਦੇ ਵੱਲੋਂ ਰੌਲਾ ਪਾਇਆ ਜਾਂਦਾ ਹੈ, ਫਿਰ ਮੌਕੇ 'ਤੇ ਉਹਨਾਂ ਨੂੰ ਬਾਹਰ ਕੱਢਿਆ ਗਿਆ। ਤਾਂ ਦੱਸ ਦਈਏ ਕਿ ਨਗਰ ਨਿਗਮ ਦੇ ਕਮਿਸ਼ਨਰ ਦੇ ਵੱਲੋਂ ਵੀ ਕਿਹਾ ਗਿਆ ਕਿ ਹੁਣ ਲਿਫਟ ਨੂੰ ਸਹੀ ਕਰਨ ਦੇ ਆਦੇਸ਼ ਦੇ ਦਿੱਤੇ ਗਏ ਨੇ। ਤਾਂ ਲਿਫਟ ਦੇ ਵਿੱਚ ਇਹ ਮਾਂ ਅਤੇ ਇਸਦੀ ਬੱਚੀ ਫਸ ਗਈ ਸੀ, ਜਿਸ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢਿਆ ਗਿਆ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜੋ ਕਿ ਜਲੰਧਰ ਦੇ ਨਗਰ ਨਿਗਮ ਦਫ਼ਤਰ ਦੀਆਂ ਨੇ। ਕੀ ਨਾਮ ਆਪਣਾ ਅਤੇ ਕੀ ਮਾਮਲਾ ਆਇਆ ਸੀ? ਮੇਰਾ ਨਾਮ ਜੱਸੀ ਆ। ਠੀਕ ਹੈ ਜੀ, ਅਸੀਂ ਮਾਲਕਾਂ ਰਹਿੰਦੇ ਹਾਂ ਜੀ, ਗ੍ਰੀਨ ਐਵਨਿਊ 31 ਨੰਬਰ 'ਚ। ਅਸੀਂ ਆਪਣੀ ਮੰਮੀ ਦਾ ਕੰਮ ਕਰਵਾਉਣ ਆਏ ਸੀ। ਸਾਡੀ ਮੰਮੀ ਨੂੰ 2 ਸਾਲ ਹੋ ਗਏ ਰਿਟਾਇਰ ਹੋਈ ਨੂੰ। ਠੀਕ ਹੈ ਜੀ, ਤਾਂ ਮੰਮੀ ਦਾ ਪੈਸਾ ਨਹੀਂ ਸੀ ਸਾਨੂੰ ਮਿਲਿਆ ਜੀ। ਠੀਕ ਹੈ, ਚੰਦਨ ਬਾਊ ਜੀ ਨੇ ਵੀ ਲਿਖ ਕੇ ਦੇ ਦਿੱਤਾ ਸੀ ਜੀ, ਉਹਨਾਂ ਦਾ ਪੈਸਾ ਦਿੱਤਾ ਜਾਵੇ, ਇਹਨਾਂ ਦਾ ਸਾਰਿਆਂ ਦਾ ਲਾਗੂ ਕੀਤਾ ਜਾਵੇ, ਸਾਰਿਆਂ ਨੂੰ ਦਿੱਤਾ ਜਾਵੇ। ਠੀਕ ਹੈ, ਉਹਨਾਂ ਨੇ ਵੀ ਲਿਖ ਕੇ ਦੇ ਦਿੱਤਾ ਸੀ, ਉਹ ਕਹਿੰਦੇ ਅਸੀਂ ਜ਼ਿੰਮੇਵਾਰ ਆ। ਕਮਿਸ਼ਨਰ ਜੀ ਨੇ ਵੀ ਲਿਖ ਕੇ ਦੇ ਦਿੱਤਾ ਸੀਗਾ। ਠੀਕ ਹੈ ਜੀ, ਅਤੇ ਜੀ ਅਸੀਂ 3 ਮਹੀਨੇ ਹੋ ਗਏ ਆ ਸਾਨੂੰ, ਮਗਰ ਘੁੰਮਦੇ ਹਾਂ ਨੂੰ ਰੋਹਿਤ ਗਿੱਲ DCFA, ਇਹ ਸਾਨੂੰ ਫੁੱਦੂ ਬਣਾਈ ਜਾਂਦੇ। DCFA ਕਹਿੰਦਾ ਰੋਹਿਤ ਗਿੱਲ ਕੋ ਜਾਓ, ਰੋਹਿਤ ਗਿੱਲ ਕਹਿੰਦਾ DCFA ਕੋ ਜਾਓ। ਸਾਡੀ ਮੰਮੀ ਹੈਗੀ ਬਿਮਾਰ। ਠੀਕ ਹੈ ਜੀ, ਮੰਮੀ ਹੈਗੀ ਬਿਮਾਰ, ਸਾਡੀ ਕੋਈ ਸੁਣਵਾਈ ਨਹੀਂ। ਅੱਜ ਕੀ ਹੋਇਆ ਵਾ? ਜਿਹੜਾ ਤੁਸੀਂ ਲਿਫਟ ਹੋਇਆ ਜੀ, ਇੱਥੇ ਜੀ ਅਸੀਂ ਉਹਦਾ ਨਾਮ ਵੀ ਲਿਫਟ ਦੇ ਵਿੱਚ ਗਏ ਫਸ, ਲਿਫਟ 'ਚ ਫਸ ਗਏ। ਤਾਂ ਮੇਰਾ ਨਾਲ ਬ੍ਰਦਰ ਸੀਗਾ, ਨਾਲਾ ਮੇਰਾ ਛੋਟਾ ਜਿਹਾ ਬੱਚਾ 4 ਸਾਲਾਂ ਦਾ। ਠੀਕ ਹੈ ਜੀ, ਉਹ ਤਾਂ ਸ਼ੁਕਰ ਕਰੋ ਮੇਰਾ ਬ੍ਰਦਰ ਨਾਲ ਸੀਗਾ, ਤਾਂ ਇਹਨਾਂ ਨੇ ਸਾਰੇ ਬੰਦੇ ਇਕੱਠੇ ਕਰ ਲਏ, ਨਹੀਂ ਤਾਂ ਸਾਡੀ ਆਸ ਨਹੀਂ ਸੀਗੀ ਬਾਹਰ ਨਿਕਲਣ ਦੀ। ਤਾਂ ਇਸ ਮਾਮਲੇ ਤੁਸੀਂ ਅਫਸਰ ਨੂੰ ਕਿਸ ਨਾਲ ਮਿਲੇ ਹੋ? ਨਹੀਂ, ਅਸੀਂ ਉੱਪਰ ਹੀ ਜਾ ਰਹੇ ਸੀ, 3ਰੀ ਮੰਜ਼ਿਲ 'ਤੇ 79 ਨੰਬਰ ਕਮਰੇ 'ਚ ਜਾ ਰਹੇ ਸੀ ਅਸੀਂ ਮਿਲਣ ਰੋਹਿਤ ਗਿੱਲ। ਠੀਕ ਹੈ, ਉਹਨਾਂ ਨੇ ਸਾਨੂੰ ਕਿਹਾ ਸੀ ਅਸੀਂ ਤੁਹਾਨੂੰ ਫੋਨ ਕਰਕੇ ਸੱਦਦੇ ਹਾਂ। ਜਿੱਦਾਂ ਤੁਹਾਨੂੰ ਇੱਥੇ ਵੀ ਦਿੱਕਤ ਆਈ ਹੈ, ਤੁਹਾਡੀ ਡਿਮਾਂਡ ਕੀ ਹੈ? ਸਾਡੀ ਡਿਮਾਂਡ ਇਹ ਹੈ, ਸਾਡਾ ਹੱਕ ਸਾਨੂੰ ਦਿੱਤਾ ਜਾਵੇ। ਅਤੇ ਕਿਸ ਚੀਜ਼ ਦਾ ਆਪਣਾ ਮੰਗਦੇ ਪਏ ਆਪਣੇ ਪੈਸੇ? ਅਸੀਂ, ਸਾਡੀ ਮੰਮੀ ਰਿਟਾਇਰ ਹੋਈ ਹੈ, ਨੌਕਰੀ ਕਰਦੇ ਸੀ ਸਰਵਿਸ ਸੀਪਰ 'ਚ ਝਾੜੂ ਵਾਲਿਆਂ 'ਚ। ਠੀਕ ਹੈ ਜੀ, ਉਹਨਾਂ ਦਾ ਪੈਸਾ ਨਹੀਂ ਦਿੱਤਾ ਗਿਆ। ਉਹਨਾਂ ਦਾ ਕੀ ਨਾਮ ਹੈ? ਭੋਲੀ ਉਹਨਾਂ ਦਾ ਨਾਮ ਹੈ, ਵਾਈਫ ਆਫ ਰਣਜੀਤ ਕੁਮਾਰ। ਤੁਸੀਂ ਕਿੱਥੇ ਰਹਿੰਦੇ ਹੋ? ਅਸੀਂ ਮਾਲਟੋ ਰਹਿੰਦੇ ਹਾਂ ਜੀ, ਗ੍ਰੀਨ ਐਵੀਨਿਊ ਗੋਲ ਮਾਰਕੀਟ ਦੇ ਲਾਗੇ, ਗ੍ਰੀਨ ਐਵੀਨਿਊ ਆ। ਠੀਕ ਹੈ, 31 ਨੰਬਰ ਮਕਾਨ ਆ ਸਾਡਾ। ਇਹਦਾ ਸ਼ੁਕਰ ਆ, ਭਰਾ ਮੇਰਾ ਨਾਲ ਹੀ ਸੀਗਾ। ਅੱਛਾ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੱਸੀ ਆ। ਕਿਸ ਕੰਮ ਲਈ ਆਏ ਸੀ? ਅਸੀਂ ਆਏ ਸੀ DCFA ਨੂੰ ਮਿਲਣ, ਤਾਂ ਰੋਹਿਤ ਗਿੱਲ ਸਾਹਿਬ ਨੂੰ ਮਿਲਣ ਆਏ ਸੀ। ਸਾਡੀ ਮੰਮੀ ਨੂੰ 2 ਸਾਲ ਹੋ ਗਏ ਆ ਜੀ ਰਿਟਾਇਰ ਹੋਈ ਨੂੰ, ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਆ। ਚੰਦਨ ਬਾਊ ਜੀ ਨੇ ਵੀ ਲਿਖ ਕੇ ਲੈਟਰ ਪੈਡ ਦੇ ਦਿੱਤਾ ਸੀ, ਆਪਣਾ ਕਮਿਸ਼ਨਰ ਨੇ ਵੀ ਆਰਡਰ ਕਰ ਦਿੱਤੇ ਸੀਗੇ। ਠੀਕ ਹੈ ਜੀ, ਸਾਡੀ ਮੰਮੀ ਨੂੰ ਇੰਨੇ ਚਿਰ ਦੀ ਬਿਮਾਰ ਪਈ ਹੈ, ਸਾਡੇ ਨਾਲ ਘਰ ਜਾ ਕੇ ਦੇਖ ਸਕਦੇ ਆ ਤੁਸੀਂ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਇਸ ਚੱਕਰ ਦੇ ਵਿੱਚ ਮੈਂ ਰੋਜ਼ ਗੇੜੇ ਮਾਰਦੀ 6ਵੇਂ ਮਹੀਨੇ ਤੋਂ 8ਵੇਂ ਮਹੀਨੇ ਤੱਕ, ਦੇਖ ਲਓ ਮੇਰੀ ਤੋਂ 3ਰੀ ਮੰਜ਼ਿਲ ਤੋਂ ਕੈਮਰੇ 'ਚੋਂ ਵੀਡੀਓ ਕਢਾ ਲਓ। ਇਹਨਾਂ ਦੇ PA ਜੀ ਮੈਨੂੰ ਗਲਤ ਨੰਬਰ ਦੇ ਰਹੇ ਆ ਰੋਹਿਤ ਗਿੱਲ ਦਾ, ਸਾਨੂੰ ਫੁੱਦੂ ਬਣਾਉਣ ਡੇ ਹੈਗੇ। 3 ਮਹੀਨੇ ਹੋ ਗਏ ਮੈਨੂੰ ਮਗਰ ਮਗਰ ਫਿਰਦੇ ਆ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਰੋਜ਼ ਰਿਕਸ਼ੇ ਕਰਾ ਕਰਾ ਕੇ ਇੱਥੇ ਆਈਦਾ, ਅਸੀਂ ਆਪਣਾ ਹੱਕ ਮੰਗਦੇ ਹਾਂ, ਅਸੀਂ ਕਿਸੇ ਕੋਲ ਭੀਖ
ਅਜੇ ਦੋ ਵਾਰ ਹੋ ਚੁੱਕਾ ਚਾਂਸ, ਇੱਕ ਪਹਿਲੇ ਬੱਚਾ ਇੱਕ ਮਹਿਲਾ ਸੀ, ਕਭੀ ਜੈਂਟਸ ਫਸਾ ਹੈ ਮੁਲਾਜ਼ਮ, ਕਿਆ ਅਗਲਾ ਹੱਲ ਕਿਆ ਨਿਕਾਲਾ ਜਾ ਰਿਹਾ? ਕੋਈ ਨਹੀਂ, ਮੈਂ ਐਕਚੁਅਲੀ ਸਾਡੇ ਇੰਜੀਨੀਅਰਿੰਗ ਟੀਮ ਤੋਂ ਇਹਦਾ ਪਰਮਾਨੈਂਟ ਹੱਲ ਪੁੱਛਦੇ ਹਾਂ ਅਤੇ ਉਹ ਵੀਲ ਟੇਕ ਐਕਸ਼ਨ ਕਰੂੰਗੇ। ਅਤੇ ਉਹ ਕਿਆ ਦਿੱਕਤ ਕਿਆ ਆਈ, ਕੁਛ ਪਤਾ ਲੱਗਾ ਕਿਸੇ ਬਾਤ ਹੋਣੇ ਪਰ? ਮੈਨੂੰ ਆਪਾਂ ਸਾਹਮਣੇ ਤੁਹਾਡੇ ਸਾਹਮਣੇ ਦੇਖਿਆ, ਹਾਲੇ ਮੈਂ ਕੁਛ ਮਾਲੂਮ ਲੈਣਾ, ਤੁਹਾਡੇ ਸਾਹਮਣੇ ਦੇਖਿਆ ਜੀ, ਹੁਣੇ ਫੋਨ ਆਇਆ ਸੀ, ਅਤੇ ਕੋਈ ਨਹੀਂ ਜੀ, ਪ੍ਰੋਪਰ ਰਿਪੋਰਟ ਲੈਣੇ।